ਅਸਲਾਮ ਵਾਲਕੁਮ ਡੀਅਰ ਸਟੂਡੈਂਟ, ਮੈਂ ਮੁਹੰਮਦ ਵਸੀਮ। ਅੱਜ ਇੱਕ ਨਿਊ ਜੋਬਸ ਵਗੈਰਾ ਆਈਆਂ ਨੇ ਇੱਕ ਐਨ ਜੀ ਓ ਮੈਂ ਇੱਕ ਜ਼ਬਰਦਸਤ ਕੰਪਨੀ ਆ ਚਾਈਨਾ ਜੀ, ਉਹਨੇ ਮੈਂ ਜ਼ਬਰਦਸਤ ਨੌਕਰੀਆਂ ਚਾਹੀਦਾ ਨੌਜਵਾਨ ਜਿਹੜੇ ਫਰੈਸ਼ ਗ੍ਰੈਜੂਏਟ ਐਂਡ ਇੰਜੀਨੀਅਰਿੰਗ ਮੇਰੇ ਉਹ ਅਪਲਾਈ ਕਰਨੇ ਹਨ। ਇਹਨੇ ਵਾਲੇ ਕਾ ਫਰਦਰ ਡਿਸਕਸ ਵਗੈਰਾ ਕਰਨਾ, ਤਾਂ ਇਹਨੇ ਮੈਂ ਅਪਲਾਈ ਕਰੇ ਤਰੀਕੇ ਕਾ ਕਰ ਪਵਾਈ ਨਾ ਜੀ। ਆਖਰੀ ਤਾਰੀਖ ਚਾਹ ਐਜੂਕੇਸ਼ਨ ਸ਼ਾਹ ਗੁਰਬਲਾ, ਤਾਂ ਜੇਕੇ ਇਲੈਕਟ੍ਰੀਕਲ ਇੰਜੀਨੀਅਰ ਐਂਡ ਮੈਕਨੀਕਲ ਇੰਜੀਨੀਅਰ ਐਨ ਜਾਂ ਪਾਵਰ ਇੰਜੀਨੀਅਰਿੰਗ ਮੈਂ ਆਇਨ ਜਾਂ ਮਲਟੀਪਲਾਈ ਜਾਂ ਇੰਜੀਨੀਅਰਿੰਗ ਸ਼ੋਬਨ ਮੈਂ ਆਇਨ ਉਹਨਾਂ ਨਾਲ ਰਿਲੇਟਿਵ, ਤਾਂ ਉਹ ਕੈਂਡੀਡੇਟ ਇਹਨਾਂ ਮੈਂ ਅਪਲਾਈ ਕਰ ਸਕਣ, ਤਾਂ ਫਰੈਸ਼ ਗ੍ਰੈਜੂਏਟ ਕੈਂਡੀਡੇਟ ਅਪਲਾਈ ਕਰ ਸਕਣ। ਤਾਂ ਐਂ ਥਰ ਪਾਰਕਰ ਮੈਂ ਜੋਗਾ ਸਿੰਧ ਡਿਸਟ੍ਰਿਕਟ ਮੈਂ, ਇਹਨਾਂ ਮੈਂ ਜ਼ਬਰਦਸਤ ਇਹੋ ਕੋਲ ਪ੍ਰੋਜੈਕਟ ਆ, ਇਹਨਾਂ ਮੈਂ ਜ਼ਬਰਦਸਤ ਨੌਕਰੀ ਤੋਂ ਇਹਨਾਂ ਮੈਂ ਤਾਂ ਕਿ ਹੈਂਡਸਮ ਸੈਲਰੀ ਪੈਕੇਜ ਦੇਣ ਹੋਈ ਪ੍ਰੋਜੈਕਟ ਸਟਾਰਟ ਥੀ ਰਹੇ ਆ, ਜੇਕੋ ਚਾਈਨਾ ਜੀ ਗੌਰਮੈਂਟ ਦੇ ਤਰਫਾਂ ਆਏ ਆ, ਤਾਂ ਹਾਣੇ ਇਹਨੇ ਮੈਂ ਕਿਹੜੇ ਤਰੀਕੇ ਦਾ ਅਪਲਾਈ ਕਰਵਾ, ਇਹਨਾਂ ਦੀ ਜਗ੍ਹਾ ਕੰਪਲੀਟ ਹੋਈ ਫਰਦਰ ਜੇ ਕਾਫੀ ਡਿਟੇਲ ਆ, ਉਹ ਮੈਂ ਤਾਂ ਐਡ ਵਗੈਰਾ ਸ਼ੇਅਰ ਕਹਿੰਦਾ ਹੋਏ ਸਮਝਾਇਆ, ਤਾਂ ਉਹਨੇ ਤਰੀਕੇ ਦਾ ਅਪਲਾਈ ਕਰ ਸਕੋ। ਦਾਦਾ ਜੋ ਤਾਂ ਮੋਬਾਈਲ ਸਕਰੀਨ ਤਾਂ ਕਰਵਾ ਤਾਂ ਐਡ ਦੇਖਾ ਰਿਹਾ, ਤੋ ਐਂ ਉਹਨੇ ਮੈਂ ਜੇ ਕਾਫ ਡਿਟੇਲ ਵਗੈਰਾ ਉਹ ਤਾਂ ਕਿ ਪੜਾਇਆ, ਤੋ ਆਖਰੀ ਤਾਰੀਖ ਕਿੰਨੇ ਜੀ ਚਾਹੇ, ਤਾਂ ਦੋਸਤਾਂ ਕਾ ਇਹ ਵੀਡੀਓ ਲਾਜ਼ਮੀ ਸ਼ੇਅਰ ਕਰਵਾਏ, ਜੇਕਰ ਮੁੰਹੇ ਯੂਟਿਊਬ ਚੈਨਲ 'ਤੇ ਨਿਓ ਚੈਨਲ ਕੇ ਲਾਈਕ ਸਬਸਕ੍ਰਾਈਬ ਲਾਜ਼ਮੀ ਕਰੋ, ਜੇਕਰ ਇੰਜੀਨੀਅਰਿੰਗ ਜਾਂ ਸਟੂਡੈਂਟ ਆਏ ਤਾਂ ਉਹਨਾਂ ਕਹਿੰਦਾ ਵੀਡੀਓ ਕੇ ਸ਼ੇਅਰ ਕਰਵਾਏ, ਇਹਨਾਂ ਮੈਂ ਅਪਲਾਈ ਲਾਜ਼ਮੀ ਕਰ ਚਾਈਨਾ ਜੋ ਪ੍ਰੋਜੈਕਟ ਆ ਜ਼ਬਰਦਸਤ ਪ੍ਰੋਜੈਕਟ ਦਾ। ਹੀ ਐਡ ਸੀ ਸਗੋ ਤਾਲਿਕ ਲਾਥਰ ਕੋਲ ਬਲਾਕ ਵਨ ਪਾਵਰ ਜਨਰੇਸ਼ਨ ਕੰਪਨੀ ਪ੍ਰਾਈਵੇਟ ਲਿਮਿਟਡ, ਹੀ ਜੇਕੋ ਚਾਈਨਾ ਜੋ ਪ੍ਰੋਜੈਕਟ ਆ, ਇਹਨੇ ਮੈਂ ਹਾਇਰਿੰਗ ਸ਼ੁਰੂ ਆ, ਪੋਜੀਸ਼ਨ ਇਹਨਾਂ ਮੈਂ ਜਗ੍ਹਾ ਦੇ ਸਿੱਖ ਸਕਦਾ, ਟ੍ਰੇਨਿੰਗ ਇੰਜੀਨੀਅਰ ਇਲੈਕਟ੍ਰੀਕਲ, ਟ੍ਰੇਨਿੰਗ ਇੰਜੀਨੀਅਰ ਮੈਕਨੀਕਲ, ਉਹਨੇ ਕਾਇ ਕਰੂਗਾ ਟ੍ਰੇਨਿੰਗ ਇੰਜੀਨੀਅਰ INC। ਜੇ ਕੇਬ ਇੰਜੀਨੀਅਰਿੰਗ ਦਾ ਦੋਸਤ ਜਾਂ ਸਟੂਡੈਂਟ ਆਏ ਤਾਂ ਇਹਨਾਂ ਮੈਂ ਅਪਲਾਈ ਕਰੋ, ਇਹੀ ਪ੍ਰੋਜੈਕਟ ਜ਼ਬਰਦਸਤ ਉੱਥਰ ਪਾਰ ਕਰ ਸਕਦੇ, ਮੈਂ ਇਹ ਪ੍ਰੋਜੈਕਟ ਤਾਂ ਕਿ ਲੈਣੋ ਵੀ ਦਿਓ, ਇਹਨੂੰ ਮੈਂ ਹਾਲੇ ਕਿਹੜੇ ਤਰੀਕੇ ਨਾਲ ਅਪਲਾਈ ਕਰੋ ਉਹ ਫਰਦਰ ਪ੍ਰੋਸੈਸ ਮੈਂ ਤਾਂ ਕਿ ਸਮਝਾਇਆ, ਤਾਂ ਇਹਨਾਂ ਦੀ ਜਗ੍ਹਾ ਈਮੇਲ ਆਈ ਹੋਈ ਦੇਖ ਸਕਦਾ ਇਹਨਾਂ ਐਡ ਮੈਂ, ਜਾਂ ਇੱਥੇ ਮੈਨਸ਼ਨ ਆਏ ਡਿਸਕ੍ਰਿਪਸ਼ਨ ਮੈਂ ਮਾਤਾਂ ਕਾ ਜਾਂ ਮੈਨਸ਼ਨ ਕਰ ਛੱਡੀ ਦਿਉ, ਉਹਨਾਂ 'ਤੇ ਵਹੀ ਕਰ ਤਾਂ ਕਿ ਅਸੀਂ ਵੀ ਮੋਕਲਣੀ ਆ, ਅਸੀਂ ਵੀ ਕਾਂ ਕਰੋ ਗੱਲ ਪੋਜੀਸ਼ਨ ਮੈਨਸ਼ਨ ਕਰਨੀ ਆ, ਜਾਂ ਪੋਜੀਸ਼ਨ ਮੈਂ ਤਾਂ ਅਪਲਾਈ ਕਰਨ ਚਾਹੇ ਤਾਂ ਉਹਨੇ ਪੋਜੀਸ਼ਨ ਕੇ ਲਾਜ਼ਮੀ ਮੈਨਸ਼ਨ ਕਰਦੋ, ਤਾਂ ਇਹਨਾਂ ਦੀ ਜਗ੍ਹਾ ਆਖਰੀ ਤਾਰੀਖ ਆਈ ਦੇਖ ਸਕਦਾ 15 ਅਕਤੂਬਰ 2024 ਤੋਂ, ਮਤਲਬ ਇਹਨੂੰ ਮੈਂ ਅੱਜ ਟਾਈਮ ਪਿਆ, ਤਾਂ ਇਹਨੂੰ ਮੈਂ ਅਪਲਾਈ ਕਰੋ ਉਠੋ ਆਰਾਮ ਖਾਂ ਸਕੂਨ ਖਾਂ, ਇਹਨਾਂ ਵੀਡੀਓ ਕੇ ਬਾਅਦ ਕਮਾਂ ਸ਼ੇਅਰ ਕਰ ਦਿਓ, ਜਿਵੇਂ ਬਿਆਹ ਦੋਸਤ ਅਪਲਾਈ ਕਰੇ ਉਠੋ ਨਹੀਂ ਚਾਈਨਾ ਜੋ ਪ੍ਰੋਜੈਕਟ ਆਏ, ਹੀ ਪ੍ਰੋਜੈਕਟ ਬੇਸਿਕਲੀ ਸਾਲ ਜੋ ਆਏ ਉਹਨੇ ਕਾ ਬਾਅਦ ਮੈਂ ਅਗਰ ਜੀ ਇਹ ਪ੍ਰੋਜੈਕਟ ਪੂਰਾ ਥੀਂਦੋ ਤਾਂ ਕਿ ਕਨਫਰਮੇਸ਼ਨ ਵੀ ਮਿਲੀ ਸਕੇ ਦੀ ਪਰਮਾਨੈਂਟ ਇੰਪਲਾਈ, ਤਾਂ ਇਹਨਾਂ ਮੈਂ ਥੀ ਸਕੋ ਤਾਂ, ਤਾਂ ਇਹ ਜੇਕਰ ਇਹਨਾਂ ਮੈਂ ਲਾਜ਼ਮੀ ਕੈਂਡੀਡੇਟ ਅਪਲਾਈ ਕਰਨ, ਜੇ ਕੇ ਇੰਜੀਨੀਅਰਿੰਗ ਦੋਸਤ ਇਹਨਾਂ ਦਾ ਹਾਲੇ ਚੋ ਤਾਂ ਇਹਨਾਂ ਮੇਲ ਤੈਲੂ ਤਾਂ ਕਿਹੜੇ ਤਰੀਕੇ ਖਾਂ ਸੀ ਵੀ ਵਗੈਰਾ ਮੋਕਲ ਪਿਆ, ਉਹ ਪ੍ਰੋਸੈਸ ਮੈਂ ਤਾਂ ਕਿ ਸਮਝਾਇਆ, ਤਾਂ ਇਹ ਮੇਲ ਤਾਂ ਕਿ ਡਿਸਕ੍ਰਿਪਸ਼ਨ ਮੈਂ ਲਈ ਛੱਡੀਂਦੋ ਦੋਸਤਾਂ ਕੇ ਵਾਰੀ ਬੁਧਾਈਂਦੋ ਲਾਉਂਦਾ ਇਹਨਾਂ ਦੀ ਆਖਰੀ ਤਾਰੀਖ 15 ਅਕਤੂਬਰ 2024 ਆਏ, ਮਤਲਬ ਤਾਂ ਅਜਾ ਮੈਨੂੰ ਪਿਓ ਅਥਵਾ ਇਹਨਾਂ ਮੈਂ ਆਰਾਮ ਖਾਂ ਸਕੂਨ ਖਾਂ ਅਪਲਾਈ ਕਰਿਆ, ਬਿਆਨ ਦੋਸਤਾਂ ਕਾ ਵੀ ਨਾ ਵੀਡੀਓ ਕੇ ਬਾਅਦ ਕਮਾਂ ਸ਼ੇਅਰ ਕਰਿਆ, ਜੇ ਕਿ ਮੁੰਹੇ ਯੂਟਿਊਬ ਚੈਨਲ ਨਿਊ ਚੈਨਲ ਕੇ ਲਾਈਕ ਸਬਸਕ੍ਰਾਈਬ ਲਾਜ਼ਮੀ ਕਰਦਾ, ਅਚੋ ਤਾਂ ਆਉਣ ਦਾ ਮੇਲ 'ਤੇ ਤਾਂ ਫਰਦਰ ਪ੍ਰੋਸੈਸ ਮੈਂ ਤਾਂ ਕਿ ਸਮਝਾਇਆ, ਤਾਂ ਕਿਹੜੇ ਤਰੀਕੇ ਕਾ ਮੇਲ 'ਤੇ ਅਸੀਂ ਵੀ ਮੋਕਲੋ ਨਹੀਂ ਆਏ ਸਬਜੈਕਟ ਲਾਈਨ ਮੈਂ, ਤਾਂ ਕਿਹੜੇ ਤਰੀਕੇ ਕਾ ਪੋਜੀਸ਼ਨ ਮੈਨਸ਼ਨ ਕਰ ਸਕਦਾ ਉਹ ਲਾਜ਼ਮ ਕਿ ਜੋ ਨਾ ਤਾਂ ਅਦਰਵਾਈਜ਼ ਤਾਂ ਜੋ ਆਪਾਂ ਪ੍ਰੋਜੈਕਟ ਥੀ ਸਕੇ ਤਾਂ ਪੋਤਾ ਇਹਨਾਂ ਪ੍ਰੋਜੈਕਟ ਮੈਂ ਰਹਿਜੀ ਵੀਂਦੋ, ਤਾਂ ਇਹ ਜੇਕਰ ਕੰਪਲੀਟ ਵੀਡੀਓ ਡਿਸਨ ਦਾ ਕਹੋ ਐਂ ਉਹਨੇ ਤਰੀਕੇ ਖਾਂ ਅਪਲਾਈ ਕਰਦਾ ਕਹੋ, ਅਗਰ ਕੋਈ ਮਸਲਾ ਹੋ ਜਾ ਤਾਂ ਮੈਂ ਕਮੈਂਟ ਬਾਕਸ ਮੈਂ ਵਗੈਰਾ ਪੁੱਛੀ ਸਕੋ ਤਾਂ, ਅਹਿੜੇ ਤਰੀਕੇ ਖਾਂ ਤਾਂ ਇਹ ਮੇਲ 'ਤੇ ਕਾਪੀ ਕਰਦੋ ਐਂ ਸਬਜੈਕਟ ਲਾਈਨ ਮੇਲ ਕਰਦੋ, ਟ੍ਰੇਨਿੰਗ ਇੰਜੀਨੀਅਰ ਅਹਿੜੇ ਤਰੀਕੇ ਖਾਂ ਪੋਸਟ ਮੈਨਸ਼ਨ ਕਰਦੋ, ਜੇ ਮੈਂ ਤਾਂ ਅਪਲਾਈ ਕਰਨ ਚਾਹੇ ਤਾਂ ਐਂਡ ਅਹਿੜੇ ਤਰੀਕੇ ਖਾਂ ਸੀ ਵੀ ਅਟੈਚ ਕਰਦੋ, ਸੀ ਵੀ ਅਟੈਚ ਕਰਨ ਜੇ ਲਾਏ ਤਾਂ ਕਲਿਕ ਕਰਦੋ, ਐਂਡ ਦੈਨ ਅਟੈਚ ਫਾਈਲ ਐਂਡ ਅਟੈਚ ਕਰੇ ਐਂਡ ਅਹਿੜੇ ਤਰੀਕੇ ਖਾਂ ਇਹਨਾਂ 'ਤੇ ਕਲਿਕ ਕਰ ਸੈਂਡ ਕਰਦੋ, ਜੀਅ ਤਾਂ ਸੈਂਡ ਕਰਦੋ ਤਾਂ ਜੋ ਇਹਨਾਂ ਮੈਂ ਅਪਲਾਈ ਥੀਂਦੋ ਕੰਪਲੀਟ, ਇਹਨਾਂ ਜੀ ਵਾਰੀ ਜੇਕਰ ਆਖਰੀ ਤਾਰੀਖ 15 ਅਕਤੂਬਰ 2024 ਆਏ ਮਾਤਾ ਕਿ ਬਾਰ ਬਾਰ ਹੀ ਉਹ ਬਧਾਇਆ ਪਿਓ, ਤਾਂ ਇਹਨਾਂ ਮੈਂ ਮੈਨੂੰ ਪਿਓ ਤੋਂ ਆਰਾਮ ਕਾ ਅਪਲਾਈ ਕਰੋ ਐਂਡ ਲਾਜ਼ਮੀ ਅਪਲਾਈ ਕਰੋ, ਜੇਕਰ ਇੰਜੀਨੀਅਰਿੰਗ ਜਾਂ ਦੋਸਤ ਐਂਡ ਸਟੂਡੈਂਟ ਆਏ ਤਾਂ ਇਹਨਾਂ ਮੈਂ ਲਾਜ਼ਮੀ ਕਹੀ ਜ਼ਬਰਦਸਤ ਮੌਕੇ ਤੋਂ ਇਹ ਚਾਈਨਾ ਜੇ ਗੌਰਮੈਂਟ ਦੇ ਤਰਫਾਂ ਹੀ ਪ੍ਰੋਜੈਕਟ ਆਏ। ਥੈਂਕਸ।